ਨਮਸਕਾਰ ਪ੍ਰੋਗਰਾਮ ਤਾਰੇ ਆਖਦੇ ਨੇ ਵੇਖ ਰਹੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪਿਆਰੇ ਦਰਸ਼ਕੋ ਗੁਰੂ ਦਾ ਗੋਚਰ ਜਿਹੜਾ ਹੈਗਾ 11 ਅਗਸਤ ਨੂੰ ਗੁਰੂ ਦਾ ਰਾਸ਼ੀ ਪਰਿਵਰਤਨ ਹੋਇਆ ਸਿੰਘ ਤੋਂ ਸ਼ਤਰੂ ਰਾਸ਼ੀ ਕੰਨਿਆ ਦੇ ਵਿੱਚ ਗਏ ਨੇ 9:27 'ਤੇ ਤੁਸੀਂ ਸਾਰੇ ਜਾਣਦੇ ਹੋ ਅਸੀਂ ਇਸ 'ਤੇ ਕੁਛ ਐਪੀਸੋਡਸ ਵੀ ਤੁਹਾਨੂੰ ਪਹਿਲੇ ਦਿਖਾ ਚੁੱਕੇ ਹਾਂ ਅਤੇ ਜਿਨ੍ਹਾਂ ਨੇ ਮਿਸ ਕੀਤੇ ਆ ਉਹਨਾਂ ਨੂੰ ਜ਼ਰੂਰ ਦੇਖਣ ਤਾਂ ਕਿ ਉਹਨਾਂ ਨੂੰ ਡੀਪਲੀ ਸਟੱਡੀ ਹੋ ਜਾਵੇ ਓਵਰਆਲ ਅੱਜ ਅਸੀਂ ਦੱਸਣ ਜਾ ਰਹੇ ਹਾਂ ਕਿ 13 ਮਹੀਨੇ ਜਿਹਦੇ 'ਚੋਂ ਇੱਕ ਮਹੀਨਾ ਨਿਕਲ ਚੁੱਕਿਆ ਬਾਕੀ 12 ਮਹੀਨੇ ਜਿਹੜੇ ਤੁਲਾ ਤੋਂ ਲੈ ਕੇ ਮੀਨ ਰਾਸ਼ੀ ਵਾਲਿਆਂ ਦੇ ਲਈ ਸਮਰਾਈਜ਼ ਆਪਾਂ ਕਰ ਰਹੇ ਹਾਂ ਕਿ ਕਿੱਦਾਂ ਦੇ ਰਹਿਣਗੇ ਤੁਲਾ ਰਾਸ਼ੀ ਵਾਲੇ ਖਰਚਿਆਂ ਦੇ ਵਿੱਚ ਵਾਧਾ ਹੋਏਗਾ ਸੰਘਰਸ਼ ਜ਼ਿਆਦਾ ਹੋਏਗਾ ਪਰਿਵਾਰਿਕ ਮਤਭੇਦ ਕਨਫਲਿਕਸ਼ਨਸ ਹੋ ਸਕਦੀ ਹੈ ਅਤੇ ਕੋਰਟ ਕੇਸਿਸ ਵੀ ਇਹਨਾਂ ਦਿਨਾਂ ਦੇ ਵਿੱਚ ਪਰਿਵਾਰ ਦੇ ਰਿਸ਼ਤੇਦਾਰਾਂ ਦੇ ਨਾਲ ਹੋ ਸਕਦੇ ਹੈ ਵਰਿਸ਼ਚਿਕ ਰਾਸ਼ੀ ਵਾਲਿਆਂ ਦਾ ਟੈਨਸ਼ਨ ਘਟੇਗੀ ਤਾਂ ਮਨੋਸਥਿਤੀ ਜਿਹੜੀ ਮਨ ਦੀ ਸਥਿਤੀ ਹੈ ਬੈਟਰ ਹੋ ਸਕਦੀ ਹੈ ਲਾਭ ਜ਼ਿਆਦਾ ਵੱਧ ਸਕਦੇ ਹੈ ਜਦਕਿ ਧਨੂ ਰਾਸ਼ੀ ਵਾਲੇ ਉਹਨਾਂ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਆਪਣੀ ਪੇਸ਼ੈਂਸ ਨੂੰ ਵਧਾਉਣ ਆਪਣੀ ਸਹਿਣ ਸ਼ਕਤੀ ਨੂੰ ਵਧਾਉਣ ਨਹੀਂ ਤਾਂ ਗੁੱਸਾ ਜ਼ਿਆਦਾ ਹੋਏਗਾ ਲੜਾਈਆਂ ਹੋਣਗੀਆਂ ਝਗੜੇ ਹੋਣਗੇ ਖਰਚਿਆਂ ਦੇ ਉੱਤੇ ਵੀ ਕਾਬੂ ਰੱਖਣ ਕਿਉਂਕਿ ਜੇ ਤੁਹਾਡੇ ਖਰਚੇ ਜ਼ਿਆਦਾ ਹੁੰਦੇ ਰਹੇ ਤਾਂ ਇੱਕਦਮ ਤੁਹਾਡਾ ਫਾਈਨੈਂਸ਼ੀਅਲ ਸਿਸਟਮ ਅਸਤ ਵਿਅਸਤ ਹੋ ਜਾਏਗਾ ਪ੍ਰੋਪਰਟੀ ਦੇ ਵਿੱਚ ਵੀ ਇਨਵੈਸਟਮੈਂਟ ਕਰਨੀ ਇਸ ਟਾਈਮ 'ਤੇ ਤੁਹਾਡੇ ਲਈ ਬਹੁਤ ਜ਼ਿਆਦਾ ਵਧੀਆ ਹੋ ਸਕਦੀ ਹੈ ਮਕਰ ਲਗਨ ਵਾਲੇ ਇਹ ਸਾਰਾ ਅਸੀਂ ਜਿਹੜਾ ਦੱਸ ਰਹੇ ਹਾਂ ਤੁਲਾ ਵਰਿਸ਼ਚਿਕ ਧਨੂ ਅਤੇ ਹੁਣ ਮਕਰ ਲਗਨ ਇਹਨੂੰ ਲਗਨ ਦੇ ਮੁਤਾਬਿਕ ਤੁਸੀਂ ਸਟੱਡੀ ਕਰਨਾ ਕਿਸਮਤ ਜਾਗ ਸਕਦੀ ਹੈ ਕਾਫੀ ਤਰੱਕੀ ਮਿਲ ਸਕਦੀ ਹੈ ਅਤੇ ਗੌਰਮੈਂਟ ਸੈਕਟਰ ਤੋਂ ਤੁਹਾਨੂੰ ਲਾਭ ਹੋ ਸਕਦਾ ਹੈ ਕੁੰਭ ਲਗਨ ਵਾਲੇ ਜਿਹੜੇ ਜਾਤਕ ਨੇ ਉਹਨਾਂ ਦੇ ਲਈ ਗੁਰੂ ਦਾ ਗੋਚਰ ਪਰਿਵਰਤਨ ਜਿਹੜਾ ਰਾਸ਼ੀ ਪਰਿਵਰਤਨ ਗੋਚਰ ਦੇ ਵਿੱਚ ਉਹਨਾਂ ਲਈ ਬੜਾ ਹੀ ਭਾਗਮ ਭਾਗ ਵਾਲਾ ਸਮਾਂ ਰਹੇਗਾ ਕੜਵੀ ਬੋਲੀ ਤੁਹਾਨੂੰ ਕਸ਼ਟ ਦੇ ਸਕਦੀ ਹੈ ਮੰਦਾ ਬੋਲਣ ਦੇ ਨਾਲ ਬੜੀਆਂ ਪ੍ਰੋਬਲਮਸ ਆ ਸਕਦੀਆਂ ਆਲਸ ਤੁਹਾਨੂੰ ਜ਼ਿਆਦਾ ਹੋ ਸਕਦਾ ਆਲਸ ਨੂੰ ਤਿਆਗੋਗੇ ਤਾਂ ਠੀਕ ਹੋਏਗਾ ਘਰ ਦੇ ਵਿੱਚ ਇੱਕ ਨੰਨਾ ਮਹਿਮਾਨ ਆਉਣ ਦੇ ਚਾਂਸਿਸ ਬਣ ਸਕਦੇ ਹਨ ਆਖਿਰ ਦੇ ਵਿੱਚ ਮੀਨ ਲਗਨ ਵਾਲਿਆਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਲੋਕਾਂ ਦੀ ਸ਼ਾਦੀ ਨਹੀਂ ਹੋਈ ਹਜੇ ਤੱਕ ਕੁਆਰੇ ਨੇ ਹੁਣ ਉਹ ਤਿਆਰੀ ਕਰ ਲੈਣ ਕਿਉਂਕਿ ਹਰ ਹਾਲ ਦੇ ਵਿੱਚ ਹੁਣ ਉਹ ਸ਼ਾਦੀਸ਼ੁਦਾ ਹੋ ਸਕਦੇ ਆ ਗੱਠਬੰਧਨ 'ਚ ਬੰਧਨ ਜਾ ਰਹੇ ਹੈ ਅਤੇ ਜਿਨ੍ਹਾਂ ਲੋਕਾਂ ਦੀ ਸੈਪਰੇਸ਼ਨ ਚੱਲ ਰਹੀ ਸੀ ਪਤੀ ਪਤਨੀ ਅਲੱਗ ਅਲੱਗ ਰਹਿ ਰਹੇ ਸੀ ਉਹਨਾਂ ਦੇ ਇਕੱਠੇ ਹੋਣ ਦੇ ਬਹੁਤ ਜ਼ਿਆਦਾ ਚਾਂਸਿਸ ਬਣਦੇ ਨੇ ਸੋ ਪਿਆਰੇ ਦਰਸ਼ਕੋ ਇਹ ਸਾਰਾ ਜਿਹੜਾ ਅਸੀਂ ਤੁਹਾਨੂੰ ਡਿਟੇਲਸ ਦੱਸੀਆਂ ਜੇ ਤੁਹਾਡੇ ਲਗਨ ਦੇ ਮੁਤਾਬਿਕ ਜਿਹੜਾ ਹੈ ਕੋਈ ਨਾ ਕੋਈ ਰਾਸ਼ੀ ਪਰਿਵਰਤਨ ਦਾ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਤਾਂ ਨਿਸ਼ਚਿਤ ਰੂਪ ਦੇ ਵਿੱਚ ਤੁਸੀਂ ਉਹਦੀਆਂ ਛੋਟੀਆਂ ਮੋਟੀਆਂ ਰੈਮੇਡੀਜ਼ ਸਾਨੂੰ ਪੁੱਛ ਕੇ ਕਰ ਸਕਦੇ ਹੋ ਤਾਂ ਕਿ ਤੁਹਾਡੀ ਲਾਈਫ ਸੁਖਾਵੀ ਹੋ ਜਾਏ ਹੁਣ ਦੱਸ ਦਈਏ ਕਿ ਬੁੱਧ ਵੱਕਰੀ ਹੋ ਕੇ ਅੱਜ ਹੀ ਜਿਹੜਾ ਹੈ ਸਿੰਘ ਰਾਸ਼ੀ ਦੇ ਵਿੱਚ ਪ੍ਰਵੇਸ਼ ਕਰ ਰਿਹਾ ਸੋ ਅੱਜ ਹੀ ਜਿਹੜਾ ਪੱਛਮ ਦੇ ਵਿੱਚ ਅਸਤ ਹੋ ਰਿਹਾ ਸੋ ਫਿਰ ਜਿਹੜਾ 7 ਅਕਤੂਬਰ ਨੂੰ ਜਿਹੜਾ ਪੂਰਵ ਦੇ ਵਿੱਚ ਉਦੇ ਹੋਏਗਾ ਸੋ ਇਹ ਵੀ ਅਸੀਂ ਤੁਹਾਨੂੰ ਇਹਦੇ ਬਾਰੇ ਡਿਟੇਲ ਦੱਸ ਰਹੇ ਹਾਂ ਤੋ ਪਿਆਰੇ ਦਰਸ਼ਕੋ ਹੁਣ ਅੱਜ ਦਾ ਰਾਸ਼ੀਫਲ ਜੀ ਦਾ ਸਭ ਤੋਂ ਜ਼ਿਆਦਾ ਇੰਤਜ਼ਾਰ ਰਹਿੰਦਾ ਮੇਸ਼ ਰਾਸ਼ੀ ਵਾਲੇ ਜਾਤਕ ਜਿਹੜੇ ਨੇ ਦੂਰੋਂ ਦੂਰੋਂ ਚੰਗੇ ਸੁੱਖ ਸੁਨੇਹੇ ਆ ਸਕਦੇ ਵਰਿਸ਼ਟ ਰਾਸ਼ੀ ਵਾਲਿਆਂ ਦੇ ਲਈ ਕਿਸਮਤ ਬਹੁਤ ਕੁਝ ਦੇ ਸਕਦੀ ਹੈ ਮਿਥੁਨ ਰਾਸ਼ੀ ਵਾਲੇ ਭੱਜ ਦੌੜ ਭਰਿਆ ਸਮਾਂ ਹੈ ਕਰਕ ਰਾਸ਼ੀ ਵਾਲੇ ਗੁੱਸਾ ਜ਼ਿਆਦਾ ਆ ਸਕਦਾ ਸਿੰਘ ਰਾਸ਼ੀ ਵਾਲੇ ਨਾਮ ਮਾਨ ਸਨਮਾਨ ਬਹੁਤ ਜ਼ਿਆਦਾ ਹੋ ਸਕਦਾ ਹੈ ਫਿਰ ਹੈ ਕੰਨਿਆ ਰਾਸ਼ੀ ਵਾਲੇ ਜੋ ਚਾਹੋਗੇ ਰੱਬ ਤੋਂ ਮੰਗੋਗੇ ਮਿਲ ਸਕਦਾ ਹੈ ਫਿਰ ਤੁਲਾ ਰਾਸ਼ੀ ਵਾਲੇ ਅੱਜ ਦਾ ਦਿਨ ਜਿਹੜਾ ਕਿਸੇ ਇਸਤਰੀ ਦੇ ਕਾਰਨ ਬਦਨਾਮੀ ਹੋ ਸਕਦੀ ਹੈ ਵਰਿਸ਼ਟਿਕ ਰਾਸ਼ੀ ਵਾਲੇ ਵਿਦੇਸ਼ ਨਾਲ ਸੰਬੰਧਿਤ ਮਸਲੇ ਉਲਝ ਸਕਦੇ ਹੈ ਧਨੂ ਰਾਸ਼ੀ ਵਾਲੇ ਜਾਤਕਾਂ ਦੇ ਲਈ ਪੈਸਾ ਬਹੁਤ ਆ ਸਕਦਾ ਹੈ ਮਕਰ ਰਾਸ਼ੀ ਵਾਲੇ ਥੋੜ੍ਹਾ ਥੋੜ੍ਹਾ ਖਿੱਚ ਸਕਦੇ ਨੇ ਕੁੰਭ ਰਾਸ਼ੀ ਵਾਲੇ ਕੋਰਟ ਦੇ ਵਿੱਚ ਜੇਤੂ ਕਰਾਰ ਹੋ ਸਕਦੇ ਅਤੇ ਮੀਨ ਰਾਸ਼ੀ ਵਾਲੇ ਮੀਡੀਆ ਦੇ ਵਿੱਚ ਛਾਏ ਰਹਿ ਸਕਦੇ ਹੈ ਸੋ ਬਹੁਤ ਸਾਰੇ ਦਰਸ਼ਕ ਜਿਹੜੇ ਸਾਨੂੰ ਆ ਕੇ ਮਿਲਣਾ ਚਾਹੁੰਦੇ ਹੈ ਅਤੇ ਸਾਡੇ ਕੋਲ ਟਾਈਮ ਲਾਉਣਾ ਚਾਹੁੰਦੇ ਆ ਵਾਸਤੂ ਦਾ ਵਿਜ਼ਿਟ ਕਰਾਉਣਾ ਚਾਹੁੰਦੇ ਆ ਨਕਸ਼ਾ ਚੈੱਕ ਕਰਾਉਣਾ ਚਾਹੁੰਦੇ ਆ ਜਾਂ ਸਾਡੇ ਕੋਲ ਕੋਈ ਰਤਨ ਰੁਦਰਾਕਸ਼ ਲੈ ਕੇ ਧਾਰਨ ਕਰਨਾ ਚਾਹੁੰਦੇ ਆ ਉਹਨਾਂ ਨੂੰ ਅਸੀਂ ਦੱਸ ਸਕਦੇ ਹਾਂ ਕਿ ਤੁਸੀਂ ਪਹਿਲਾਂ ਸਾਡਾ ਪਤਾ ਨੋਟ ਕਰ ਲਓ ਅਤੇ ਫਿਰ ਟਾਈਮ ਲੈ ਕੇ ਤੁਸੀਂ ਟੈਲੀਫੋਨਿਕ ਅਪੁਆਇੰਟਮੈਂਟ ਲੈ ਸਕਦੇ ਹੋ ਜਾਂ ਆ ਸਕਦੇ ਹੋ ਸਾਡਾ ਪਤਾ ਹੈ ਐਸਟ੍ਰੋਲੋਜਰ ਸੁਖਵਿੰਦਰ 30G ਸਰਾਭਾ ਨਗਰ ਲੁਧਿਆਣਾ ਪੰਜਾਬ ਇੰਡੀਆ ਫੋਨ ਨੰਬਰ 9417020533 ਅਤੇ ਵਟਸਐਪ ਨੰਬਰ 9872620533 ਸੋ ਇਸ ਵਟਸਐਪ 'ਤੇ ਤੁਸੀਂ ਸਾਨੂੰ ਐਡ ਕਰਨ ਦੇ ਲਈ ਆਪਣਾ ਨਾਮ ਕੰਟਰੀ ਨੇਮ ਸਿਟੀ ਨੇਮ ਸਾਨੂੰ ਭੇਜ ਸਕਦੇ ਹੋ ਅਤੇ ਫਿਰ ਸਾਡੀ ਬ੍ਰੌਡਕਾਸਟ ਲਿਸਟ 'ਚ ਤੁਸੀਂ ਸ਼ਾਮਿਲ ਹੋ ਕੇ ਸਾਡੇ ਬਹੁਤ ਸਾਰੇ ਅਪਡੇਟਸ ਹਾਸਿਲ ਕਰ ਸਕਦੇ ਹੋ ਜਿੰਨਾ 'ਚ ਅਸੀਂ ਸਾਡੇ ਫੋਰਨ ਟੂਰਸ ਪਲੈਨ ਜਿਹੜੇ ਹੁੰਦੇ ਆ ਉਹ ਵੀ ਅਸੀਂ ਤੁਹਾਨੂੰ ਦੱਸਦੇ ਹਾਂ ਆਉਣ ਵਾਲੇ ਟਾਈਮ ਦੇ ਵਿੱਚ ਜਿਹਦੇ ਵਿੱਚ ਤੁਸੀਂ ਸਾਡੇ ਨਾਲ ਸ਼ਾਮਿਲ ਹੋ ਸਕਦੇ ਹੋ ਸੋ ਇਸ ਤੋਂ ਇਲਾਵਾ ਸਾਡਾ ਫੇਸਬੁੱਕ 'ਤੇ ਪੇਜ ਹੈ ਐਸਟ੍ਰੋਲੋਜਰ ਸੁਖਵਿੰਦਰ ਲੁਧਿਆਣਾ ਇੰਡੀਆ ਉਹਨੂੰ ਵੀ ਲਾਈਕ ਕਰ ਸਕਦੇ ਹੋ ਯੂਟਿਊਬ 'ਤੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਕੇ ਤੁਸੀਂ ਜਿਹੜੀਆਂ
तकरीबन 1500 तो ज़्यादा वीडियोज़ देख सकते हो, जिन्होंने 1,33,000 तो ज़्यादा लोग देख चुके हैं अजे तक। इंस्टाग्राम पर भी तुम सूँ फॉलो कर सकते हो। जाने तो पहला रोज़ वाली गल कहे, सब तो व्डा दर्जा माँ का जो भी घरों जाने, माँ के चरण छुके जाओ, पिता जी का आशीर्वाद लैके जाओ, गुरु जना दसे रस्ते पर चलो, झूठ ना बोलो, गाला ना कडो, किसी का माड़ा ना करो, तकदीर बहुत वधिया हो जूगी, धियां नूं कुखां च ना मारियो, हर घर के बाहर एक रुख लगाइयो, नशियां तो परहेज करियो, 10 बंद कढ के नेक कम्मां च खर्च करते रहियो, थोड़े सारे सितारे बहुत ही ज़्यादा वधिया हो जाएंगे। ज्योतिष एक कैलकुलेटेड साइंस है, इसलिए ज्योतिष के नाँ पर कोई भी थानू गुमराह करने की कोशिश करे तो सब तो पहला अपने दिमाग तो तुसी जरूर डीपली थॉट्स लैके आइयो, सोचियो ताकि कोई थानू मिसगाइड ना कर सके। सो कल फिर मिलांगे नवे विषय के नाल, कल तक लई नमस्कार।